निंदन योग है। और अज जे इस तो बाद भाई बलवंत सिंह राजोआणा साहब नू कुछ भी होया उहदा सिद्धे ते सिद्धे जिम्मेवार भगवंत मान ते केजरीवाल। अगली बारी असी वीडियो संजय सिंह की भी जनतक करांगे कि किवें सरकार उहदे लई रूल्स नू बेंड करदी है। साल मनुखी अधिकार भी कहते हैं कि 14 साल तो वध कोई सजा नहीं, जे उन्हू असी मिलन आ गए तो किहड़ा गुनाह करता। रोल जेलां चो टोर जावे फरौतियां का टारगेट किन होवे, वो सब वो जेल रूल के अनुकूल है, वो जेल रूल के हिसाब न चल रहा काम। सत श्री अकाल, D5 चैनल पंजाबी देख रहे सारे दर्शकों का मैं धर्मिंदर संधू स्वागत करदा। पटियाला की केंद्रीय जेल के बंद भाई बलवंत सिंह राजोआणा मिलने वास्ते श्रोमणी अकाली दल का वफद पटियाला पहुंचा। इसे दे चलदिया मुलाकात होनी सी पर मुलाकात नहीं हो सकी। जेल प्रशासन वालों मुलाकात की इजाजत नहीं दी गई। तो खास तौर के उत्ते इस वफद दे विच श्रोमणी अकाली दल के सीनियर लीडर विरसा सिंह वलटोआ और बिक्रम सिंह मजीठिया पहुँचे सन। होर भी लीडरशिप नाल सी पर मुलाकात दोवां लीडर ने करनी सी, कुछ कारणों के कारण ये मुलाकात नहीं हो सकी। जिस तो बाद दे विच विरसा सिंह वलटोआ और बिक्रम सिंह मजीठिया ने सूबा सरकार अते जेल प्रशासन नू निशाने ते लिया है। निंदन योग है। और अज जे इस तो बाद भाई बलवंत सिंह राजोआणा साहब नू कुछ भी होया ਉਹਦਾ ਸਿੱਧੇ ਤੇ ਸਿੱਧੇ ਜ਼ਿੰਮੇਵਾਰ ਭਗਵੰਤ ਮਾਨ ਐਂਡ ਕੇਜਰੀਵਾਲ ਨੇ। ਇਸ ਤੋਂ ਇਲਾਵਾ ਵਲਟੋਆ ਸਾਹਿਬ ਦੀ 2 ਮਿੰਟ ਗੱਲ ਸੁਣ ਲਿਓ ਜੀ। ਜਿਸ ਤਰ੍ਹਾਂ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਨੇ ਸਾਰਿਆਂ ਨੂੰ ਹੀ ਅੱਜ ਦੇ ਹਾਲਾਤਾਂ ਬਾਰੇ ਕਲੀਅਰ ਕਰ ਦਿੱਤਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਅੱਜ ਇੱਥੇ ਪਹੁੰਚਿਆ ਹੈ ਤੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤੇ ਹੋਏ ਆਦੇਸ਼ ਦੇ ਅਨੁਸਾਰ ਪਾਲਣਾ ਕਰਦਾ ਹੋਇਆ ਔਰ ਸੂਬੇ ਦੇ ADGP ਕੋਲੋਂ ਪਰਮਿਸ਼ਨ ਲੈ ਕੇ ਇੱਥੇ ਪਹੁੰਚਿਆ ਹੈ। ਉਹੀ ਪਰਮਿਸ਼ਨ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲੀ ਸੀ, ਉਹੀ ਸ਼ਬਦ ਨੇ ਚਿੱਠੀ ਦੇ ਵਿੱਚ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖ ਕੇ ਪਰਮਿਸ਼ਨ ਦਿੱਤੀ ਸੀ ਤੇ ਅਸੀਂ ਵੀ ਉਸੇ ਚਿੱਠੀ ਦੇ ਆਧਾਰ ਤੇ ਸੇਮ ਚਿੱਠੀ ਸਾਨੂੰ ਜਾਰੀ ਹੋਈ ਹੈ। ਔਰ ਹੈਰਾਨੀ ਇਸ ਗੱਲ ਦੀ ਹੈ ਕਿ ਇੱਕ ਬੰਨੇ ਪਰਮਿਸ਼ਨ ਦੇ ਕੇ ਅੱਜ ਅਜਿਹਾ ਮਾਹੌਲ ਕਿਉਂ ਸਿਰਜਿਆ ਗਿਆ ਆ। ਕੀ ਮੁੱਖ ਮੰਤਰੀ ਨੂੰ ਬਾਅਦ 'ਚ ਪਤਾ ਲੱਗਾ ਕਿ ਅਕਾਲੀ ਦਲ ਦੇ ਵਫਦ ਨੂੰ ਸਾਹਿਬ ਬਿਕਰਮ ਸਿੰਘ ਮਜੀਠੀਆ ਨੂੰ ਤੇ ਦਾਸ ਨੂੰ ਜਿਹੜੀ ਹੈ ਅਜਿਹੀ ਕੋਈ ਮੁਲਾਕਾਤ ਦੀ ਪਰਮਿਸ਼ਨ ਦਿੱਤੀ ਗਈ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਨੂੰ ਗਵਾਰਾ ਨਹੀਂ ਜਾਂ ਉਹ ਚਾਹੁੰਦੇ ਨਹੀਂ? ਤੇ ਹੁਣ ਦੇਖੋ, ਅਸੀਂ ਇੱਕੋ ਗੱਲ ਕੀਤੀ ਸੀ ਜਿਹੜੇ ਡਿਪਟੀ ਸੁਪਰਡੈਂਟ ਆਏ ਸੀਗੇ ਗਿੱਲ ਸਾਹਿਬ ਕਿ ਗਿੱਲ ਸਾਹਿਬ ਸਾਡੇ ਕੋਲ ਪਰਮਿਸ਼ਨ ਹੈ, ਜਾਂ ਤੇ ਪਰਮਿਸ਼ਨ ਰੱਦ ਕਰ ਦਿਓ ਤੇ ਜਾਂ ਕਹਿ ਦਿਓ ਕਿ ਮੁੱਖ ਮੰਤਰੀ ਸਾਹਿਬ ਦੇ ਹੁਕਮ ਆ ਗਏ ਹੈ ਤੇ ਇਸ ਕਰਕੇ ਜਿਹੜੀ ਮੁਲਾਕਾਤ ਨਹੀਂ ਕਰਵਾਈ ਜਾਂਦੀ। ਹੁਣ ਦੇਖੋ, ਅਸੀਂ ਉਸ ਸ਼ਖਸੀਅਤ ਜਿਹਨੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਖਾਤਰ ਤੇ ਜ਼ੁਲਮ ਦੇ ਵਿਰੁੱਧ ਜਿਹੜਾ ਇਸ ਧਰਤੀ ਤੇ ਵਾਪਰਿਆ, ਜਿਹੜੀ ਇੱਕ ਜਾਤੀ ਹੋਈ ਸਿੱਖ ਕੌਮ ਦੇ ਨਾਲ ਪੰਥ ਦੇ ਨਾਲ ਉਹਦੇ ਵਿਰੁੱਧ ਪੰਜਾਬ ਪੁਲਿਸ ਦੀ ਡਿਊਟੀ ਕਰਦਿਆਂ ਹੋਇਆਂ ਆਪਣਾ ਆਪ ਜਿਹੜਾ ਹੈ ਇਸ ਪਾਸੇ ਨੂੰ ਲਾਇਆ, ਜੇ ਉਹਨਾਂ ਕੋਈ ਗੁਨਾਹ ਕੀਤਾ ਹੈ ਕਾਨੂੰਨ ਦੇ ਮੁਤਾਬਕ ਸਜ਼ਾ ਹੋ ਗਈ, 28 ਸਾਲ ਤੋਂ ਜੇਲ੍ਹ 'ਚ ਬੰਦ ਨੇ, 17 ਸਾਲ ਤੋਂ ਫਾਂਸੀ ਦੀ ਚੱਕੀ 'ਚ ਬੰਦ ਨੇ, ਅਪੀਲ ਉਹਨਾਂ ਦੀ 12 ਸਾਲ ਤੋਂ ਗ੍ਰਹਿ ਮੰਤਰਾਲੇ ਕੋਲੇ ਪੈਂਡਿੰਗ ਪਈ ਹੈ, ਉਹਦੇ ਉੱਤੇ ਫੈਸਲਾ ਨਹੀਂ ਲਿਆ ਜਾ ਰਿਹਾ। ਤੇ ਤੁਸੀਂ ਦੱਸੋ ਫਿਰ, ਜੇ ਕੋਈ ਕਦਮ ਕੋਈ ਉਹਦੇ ਜਿਹੜੇ ਪੈਰੋਕਾਰ ਆ ਜਾਂ ਜਿਹੜੇ ਉਹਦੇ ਮਗਰ ਪੈਰਵਾਈ ਕਰਨ ਵਾਲੇ ਆ, ਜੇ ਤੁਸੀਂ ਉਹਨਾਂ ਨੂੰ ਵੀ ਮਿਲ ਨਹੀਂ ਦੇਣਾ, ਕੋਈ ਕਦਮ ਨਹੀਂ ਚੁੱਕਣ ਦੇਣਾ, ਇਹਦਾ ਮਤਲਬ ਤੁਸੀਂ ਜਿਹੜੇ ਆ ਬੰਦੀ ਸਿੰਘਾਂ ਦੇ ਔਰ ਖਾਸ ਕਰਕੇ ਭਾਈ ਬਲਵੰਤ ਸਿੰਘ ਰਾਜੋਆਣਾ ਵਰਗੀ ਸ਼ਖਸੀਅਤ ਜਿਹੜੇ ਫਾਂਸੀ ਦੇ ਤਖ਼ਤੇ 'ਤੇ ਖੜੋਤੇ ਹੈ, ਉਹਨਾਂ ਦੇ ਤੁਸੀਂ ਦੁਸ਼ਮਣ ਜੇ, ਤਾਂ ਦੁਸ਼ਮਣ ਕੌਣ ਹੈ? ਆਮ ਆਦਮੀ ਪਾਰਟੀ ਜਿਹੜੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਰਿਹਾਈ ਦੀ ਫਾਈਲ ਹੈ ਟੇਬਲ 'ਤੇ ਪਈ ਹੈ, ਜਿਸ 'ਚ ਲਿਖਿਆ ਹੈ ਕਿ ਕੇਸ ਰਿਹਾਈ ਯੋਗ ਹੈ, ਉਹ 'ਤੇ ਵੀ ਕੇਜਰੀਵਾਲ ਜਿਹੜਾ ਦਸਖਤ ਨਹੀਂ ਕਰਦਾ, ਅਤੇ ਉਹ ਦੱਸੋ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਖੈਰ ਖਵਾ ਕਿੱਥੋਂ ਹੋ ਜੂਗਾ? ਕਿਉਂਕਿ ਸੋਚ ਇਸ ਤਰ੍ਹਾਂ ਦੀ ਹੈ। ਅਸੀਂ ਦੇਖੋ, ਅਸੀਂ ਨਹੀਂ ਚਾਹੁੰਦੇ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਕਿਸੇ ਤਰ੍ਹਾਂ ਦੀ ਭੁੱਖ ਹੜਤਾਲ ਸ਼ੁਰੂ ਕਰਨ ਜਾਂ ਕਿਸੇ ਤਰ੍ਹਾਂ ਦਾ ਕੋਈ ਇਹੋ ਜਿਹਾ ਕਦਮ ਚੁੱਕਣ, ਪਰ ਅਸੀਂ ਤਾਂ ਅੱਜ ਉਹਨਾਂ ਨੂੰ ਦੋਵੇਂ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਤੁਸੀਂ ਕੌਮ ਦੀ ਬਹੁਤ ਵੱਡੀ ਸਤਿਕਾਰਤ ਹਸਤੀ ਜੇ, ਜਿਸ ਜਿਸ ਨੇ ਵੀ ਪੰਜਾਬ ਦੇ ਹੱਕਾਂ ਲਈ ਪੰਥ ਦੇ ਹੱਕਾਂ ਲਈ ਇੱਕ ਕਦਮ ਵੀ ਪੁੱਟਿਆ ਆ, ਅਤੇ ਸ਼੍ਰੋਮਣੀ ਅਕਾਲੀ ਦਲ ਉਹਨੂੰ ਹਮੇਸ਼ਾ ਹੀ ਸਜਦਾ ਕਰਦਾ, ਅਤੇ ਤੁਸੀਂ ਬਹੁਤ ਵੱਡੀ ਕੁਰਬਾਨੀ ਕੀਤੀ ਹੈ, ਅਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਸਰਮਾਇਆ ਜੇ ਕੌਮ ਦਾ, ਅਤੇ ਵੇਖਿਆ ਜੇ ਕਿਤੇ ਸਰਕਾਰਾਂ ਦੀਆਂ ਇਹਨਾਂ ਚਾਲਾਂ ਕਰਕੇ, ਸਰਕਾਰਾਂ ਦੀਆਂ ਇਹਨਾਂ ਬੇਇਨਸਾਫੀਆਂ ਕਰਕੇ ਅਤੇ ਤੁਸੀਂ ਕਿਤੇ ਭੁੱਖ ਹੜਤਾਲ ਸ਼ੁਰੂ ਨਾ ਕਰਿਆ ਜੇ, ਅਸੀਂ ਇਹ ਬੇਨਤੀ ਕਰਨ ਵਾਸਤੇ ਆਏ ਹਾਂ। ਉਹ ਮੰਨਣਗੇ, ਪਰ ਫਿਰ ਵੀ
जे कि भाई साहब साड़ी बेनती ना मनी उन्होंने क्योंकि वह भी बहुत दृढ़ इरादे दे ने तो फिर उस नुकसान का जिम्मेवार केवल तो केवल भगवंत मान तो केजरीवाल होगा ये जिहड़े आ पंजाब सरकार होगी पर फिर भी असी भाई साहब नू साढ़े बहुत ही सत्कारयोग ने असी उन्हों का सत्कार करते उन्होंने बेनती करते कि अजिहा कदम ना चुको सब कुछ लिखित के गया सीगा जी परमिशन तुसी होर गल वेखो जी उस सतेंद्र जैन की तो जेलां च करवाउंदे आ मालशां जेड़ा वह संजय सिंह है तरीक भुगतन आउंदा अमृतसर जेड़ा मैं केस कीता ओनू वीवीआई फैसिलिटी दिती जांदी है कोर्ट दी अखा च घट्टा पाया जांदा जेड़े एक शराब घोटाले च बंद ने ओह वीडियो तुसी सब ने वेखी जैन दी अगली वारी असी वीडियो संजय सिंह दी भी जनतक करांगे कि किवें सरकार ओहदे लई रूल्स नू बेंड करदी है जद थोड़े आप दा कोई मतलब दा बंदा लॉरेंस बिश्नोई जां थोड़ा कोई एमएलए अंदर दित्ता जांदा गज्जन माजरा सी ओनू हस्पताल ही इन्ने दिन पहुंचा छड्डिया कि किथे ईडी उहदी रिमांड ना लै लवे ते जिहड़ा कौम खातर लड़िया फांसी दे तख्ते ते होवे 27 साल मनुखी अधिकार भी कहिंदे कि 14 साल तो वध कोई सजा नहीं ते जे ओनू असीं मिलन आ गए ते किहड़ा गुनाह करता और रवैया परमिशन तो बाद हुण इन्हां ने जेल रूल च कहानी कोई लभनी है टेक्निकल जी गल कह के कह देना जी ए इन्हां इन्हां कारना करके नहीं मिल सके ते भाई सानू पहला लिख के दे देंदे नहीं मिल सकते काम पहला ही कह देंदे एडीजीपी साहब कहिंदे एडीजीपी नू प्रिजन रूल का पता नहीं हैड ऑफ द डिपार्टमेंट कौन है एडीजीपी कि ओनू प्रिजन रूल का पता नहीं ए सारा और जो एटीट्यूड मतलब इन्हां दे जिहड़े डिप्टी सुपरिटेंडेंट सन हुण सुपरिटेंडेंट साहब भी मैनूं पता लग्गिया अंदर बैठे आ उन्हां नूं की प्रॉब्लम होगी क्यों नहीं मिलण दे रहे जेलां चो हाई सिक्योरिटी जेलां चो बनन मूवियां सिद्धू मूसे वाले कांड दे लोक उत्थे देण धमकियां लोकां नूं रोज जेलां चो फोन जावे फरौतियां दा टारगेट किलिंग होवे ओह सब ओह जेल रूल दे अनुकूल आ ओह जेल रूल दे हिसाब नाल चल रिहा काम जो बंदी सिंघां दी गल आ जांदी है तो तुहानू जेल रूल चेते आ जांदे ये एटीट्यूड च प्रॉब्लम है और ये एटीट्यूड बदलना पैना चाहे वह सूबे की सरकार है चाहे सेंटर की सरकार है इस एटीट्यूड नू बदलना पैना कि जे बिलकिस बानू दे जे वह झूठा साध ओनू परोल रोज दिती जा सकती है जिन्हां अज तक कदे परोला नहीं मिलिया घर नहीं जा सके आपदे बुजुर्गों के एक दिन भोग लिए से उन्हां नू तुसी ਇਹ ਐਟੀਟਿਊਡ ਅਡਾਪਟ ਕਰੋ ਤੇ ਬਰਦਾਸ਼ਤ ਨਹੀਂ ਹੋਣਾ ਕਦੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਈ ਹੋ ਗਈ ਹੈ ਮਗਰ ਆਮ ਆਦਮੀ ਪਾਰਟੀ ਦੀ ਜੋ ਸੋਚ ਹੈ ਬੰਦੀ ਸਿੰਘਾਂ ਦੇ ਪ੍ਰਤੀ ਇਸ ਨੂੰ ਅਸੀਂ ਕੰਡੈਮ ਕਰਦੇ ਹਾਂ ਔਰ ਭਾਈ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਕੋਈ ਇਹੋ ਜਿਹਾ ਕਦਮ ਨਾ ਚੁੱਕਿਓ ਪੰਥ ਨੂੰ ਕੌਮ ਨੂੰ ਦੇਸ਼ ਵਿਦੇਸ਼ਾਂ 'ਚ ਬੈਠੇ ਲੋਕਾਂ ਨੂੰ ਤੁਹਾਡੇ 'ਤੇ ਮਾਣ ਹੈ ਸਾਡੀ ਬੇਨਤੀ ਨੂੰ ਅਪੀਲ ਨੂੰ ਜ਼ਰੂਰ ਪ੍ਰਵਾਨ ਕਰਿਓ ਜਿਹੜੀ ਕੱਲ ਭੁੱਖ ਹੜਤਾਲ ਰੱਖੀ ਹੈ ਇਸ ਨੂੰ ਕਿਰਪਾ ਕਰਕੇ ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਹੋ ਉਹਨੂੰ ਰੱਦ ਕੀਤਾ ਜਾਵੇ ਇੱਕ ਮਜੀਠੀਆ ਸਾਹਿਬ ਪੰਜਾਬ ਸਰਕਾਰ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੀ ਹੈ ਪਟਿਆਲਾ ਦੇ ਵਿੱਚ ਕੇਵਲ ਆਪਰੇਟਰਾਂ ਦੇ ਰਾਤੀ ਦੁਕਾਨਾਂ ਦੇ ਵਿੱਚ ਆ ਜਾਂਦੇ ਹਨ ਅੱਜ ਯਾਰ ਮੁੱਦਾ ਬੜਾ ਗੰਭੀਰ ਤੇ ਬੜਾ ਸੀਰੀਅਸ ਹੈ ਅੱਜ ਕਿਸੇ ਮੁੱਦੇ ਨੂੰ ਕਨਫਿਊਜ਼ ਨਾ ਕਰੀਏ ਮੇਰੀ ਬੇਨਤੀ ਹੈ ਜੀ ਪੰਜਾਬ ਸਰਕਾਰ ਨੂੰ ਕੀ ਬੋਲ ਰਹੀ ਹੈ ਜੀ ਮੇਰੀ ਬੇਨਤੀ ਹੈ ਜੀ ਕੇਂਦਰ ਦੇ ਖਿਲਾਫ ਜਾਣ ਦੀ ਕਰਨੀ ਸੀ ਮੇਰੀ ਬੇਨਤੀ ਇਹਨੀ ਕਾ ਕਿ ਅਸੀਂ ਭਾਈ ਬਲਵੰਤ ਸਿੰਘ ਰਾਜੋਵਾਣਾ ਜੀ ਨੂੰ ਦਿਲ ਦੀਆਂ ਭਾਣਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਉਹ ਜਿਹੜਾ ਉਹਨਾਂ ਨੇ ਫੈਸਲਾ ਕੀਤਾ ਆ ਜਿਹੜਾ ਉਹਨਾਂ ਐਲਾਨ ਕੀਤਾ ਆ ਉਹਨੂੰ ਜਿਹੜਾ ਆ ਕਿਸੇ ਤਰ੍ਹਾਂ ਦਾ ਸ਼ੁਰੂ ਨਾ ਕਰਨ ਉਹਨੂੰ ਮੁਲਤਵੀ ਕਰਨ ਜੇ ਉਹ ਮਹਿਸੂਸ ਕਰਨਗੇ ਅਸੀਂ ਵੀ ਉਹਨਾਂ ਦੇ ਨਾਲ ਹਾਂ ਫਿਰ ਅਸੀਂ ਵੀ ਬਾਹਰ ਭੁੱਖ ਹੜਤਾਲਾਂ ਸ਼ੁਰੂ ਕਰਾਂਗੇ ਸਾਰਾ ਕੁਝ ਕਰਾਂਗੇ ਔਰ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਸਬਰ ਦਾ ਪਿਆਲਾ ਬਹੁਤ ਭਰ ਚੁੱਕਾ ਹੈ ਅਤੇ ਹੁਣ ਹੋਰ ਸਾਡਾ ਜਿਹੜਾ ਸਬਰ ਦਾ ਇਮਤਿਹਾਨ ਨਾ ਲਓ ਔਰ ਪੰਜਾਬ ਜਿਹੜੀ ਧਰਤੀ ਹੈ ਇੱਥੇ ਭਾਈਚਾਰਕ ਸਾਂਝ ਅਮਨ ਅਮਾਨ ਇੱਥੇ ਸਮੁੱਚੇ ਪੰਜਾਬੀ ਇਕੱਲਾ ਸਿੱਖ ਭਾਈਚਾਰਾ ਨਹੀਂ ਅੱਜ ਹਿੰਦੂ ਭਾਈਚਾਰਾ ਵੀ ਮੁਸਲਮਾਨ ਭਾਈਚਾਰਾ ਵੀ ਇਸਾਈ ਭਾਈਚਾਰਾ ਵੀ ਸਾਰੇ ਚਾਹੁੰਦੇ ਆ ਕਿ ਜਿਹੜੇ ਸਾਡੇ 30-30 32-32 33-33 ਸਾਲਾਂ ਤੋਂ ਜੇਲ੍ਹ 'ਚ ਬੈਠੇ ਅੱਜ ਪੰਜਾਬ ਦੇ ਹਾਲਾਤ ਖੁਸ਼ਗਵਾਰ ਨੇ ਉਹ ਬਾਹਰ ਆਉਣੇ ਚਾਹੀਦੇ ਆ ਔਰ ਤੁਸੀਂ ਦੇਖੋ ਕਿ ਵੱਡੇ ਵੱਡੇ ਨਾਮੀ ਜਿਹੜੇ ਆ ਬੰਦੀ ਸਿੰਘ ਉਹ ਬਾਹਰ ਆ ਗਏ ਹੈ ਕਿਸੇ ਤਰ੍ਹਾਂ ਦੀ ਲਾਂਡ ਆਊਟ ਦੀ ਪੋਜੀਸ਼ਨ ਨਹੀਂ 2019 ਦੇ ਵਿੱਚ ਜਿਹੜੇ
गुरु नानक सच्चे पातशाह जी ने 550 साल के उत्ते नोटिफिकेशन जारी की थी सी, जिदे विच 9-8 बंदी सिंघां नूं रिहा करन दा ते भाई बलवंत सिंह राजोवाणा जी नूं फांसी की सज़ा तो उम्र कैद में तब्दील करने के हुक्म जारी किए सी। उस समय भी तो केंद्र सरकार ने जिहड़ियां संबंधित सरकारां सी उन्हां ने एजेंसियां कोलों इंटैलीजेंस एजेंसियां कोलों जिहड़ी रिपोर्ट लई होगी, रिपोर्ट के आधार पर ही उन्होंने जी रेकमेंडेशन जा नोटिफिकेशन जारी की गई सी। ये सब ड्रामे किए जाते, साडी हथ बन के बेनती है कि सारा सरकार जिहड़ा आ कौम दा पंजाबियों दा इम्तिहान ना लैण, और भाई साहब नूं बेनती करदे आ कि भाई साहब कौम तुहाडे नाल है, कौम तुहाडा देन नहीं दे सकदी, कृपा करके अजिहा कदम ना चुके। एक होर गल कमाल दी करके गए है जे गिल साहब जिहड़े डिप्टी सुपरिटेंडेंट साहब सी, कहिंदे जी अज नहीं मिल सकदे। मैं कहा भाई साहब दस दियो कद मिल सकदे, उहदा जवाब कोई नहीं, अंदर नूं भज गए। मतलब जां दस दियो तुसीं सोमवार नहीं, कल मिल लो, मंगलवार मिल लो, बुधवार मिल लो, वीरवार मिल लो, शुक्रवार मिल लो, शनिवार मिल लो, कदों मिल सकदे आ? मतलब कि ताजा ताजा फोन आ गया भगवंत मान दा ते हुण मिल नहीं सकदे। गल बड़ी सिंपल, किथे एजीपीसी तों वी नाराज ना रहे भाई राजोवाणा साहब श्रोमणी गुरुद्वारा प्रबंधक कमेटी ने किया। हुण फैसला जदों केंद्र सरकार ते सूबा सरकार जाके उत्थे उल्ट स्टैंड लवे ते फैसला कोर्ट करती है, मगर लड़न च पैरवाई करन च कोई कसर नहीं छड्डी गई, और असी अज भी उस पैरवाई दे रूप च अज इत्थे आए हैं। हुण मैं चाहूंगा एक गल जरूर कि जो गल्लां बलटोआ साहब ते दास ने रखी है, इहदा जवाब भगवंत मान आप दवे। इहदे दो माऊ जे ने, एक पटियालिओ चंडीगढ़ों बोलदा, एक लुधियाने बोलदा, उन्हां दा जवाब नहीं भालदे असी जिहड़े इहनां दे चीफ स्पोक्सपर्सन दो लाए आ, एक वक्री पार्टी का जिहदे नाल समझौता होना है ते एक जिहड़ा आपदी पार्टी का। इसलिए जवाब आप देण कि ढिड पीड़ा भगवंत मान नूं साडे मिले दी, की इह जी लॉ एंड आर्डर की प्रॉब्लम खड़ी हो जानी है। जे लॉरेंस बिश्नोई तो ना हुई ते साडी मुलाकात नाल कि प्रॉब्लम आ जानी है, जरूर समझाउण की कृपालता करो। और डीजीपी साहब नूं भी जां तां इह प्रिजन रूल पढ़ाते जाण, जां डीजीपी साहब इन्हां नूं पढ़ा देण, कोई आपस च बह के फैसला कर लैण कि तुसीं फिर मना कर दिंदे। राजोवाणा ने भुख हड़ताल की चेतावनी दी हुई है, कल तो उन्होंने भुख हड़ताल शुरू करने का भी ऐलान किया हो। इसे दे चलदियां ही श्रोमणी गुरुद्वारा प्रबंधक कमेटी के प्रधान भाई हरजिंदर सिंह धामी होर वालों भी भाई राजोवाणा के नाल मुलाकात की गई सी, क्योंकि इस तो पहला उन्होंने पटीशन के मामले के जिहड़ी अपील पाई हुई है उसनू लैके कहा सीगा कि जल्द तो जल्द इहदे उत्ते कोई ना कोई फैसला लवो, नहीं तो भुख हड़ताल की जाएगी। श्रोमणी गुरुद्वारा प्रबंधक कमेटी नूं भी 20 दिनां दा अल्टीमेटम दिता सीगा, ते दिल्ली सिख गुरुद्वारा प्रबंधक कमेटी नूं भी 20 दिनां दा अल्टीमेटम दिता गया सी, जिस तों बाद दे विच मुलाकात की गई। तो श्रोमणी अकाली दल ने ADGP जेलां तों इजाजत मंगी सी कि उन्हां नूं परमिशन दिती जावे कि वह भाई राजोवाणा नूं मिलना चाहुंदे ने, क्योंकि जेकर उह 5 तरीक तों भुख हड़ताल दे उत्ते बैठदे ने तां माहौल होर खराब हो सकदा, हालात विगड़ सकदे ने, उन्हां दी सेहत नूं भी खतरा हो सकदा है। ते अज मीटिंग करने वास्ते पहुँचे सी, मुलाकात करने वास्ते पहुँचे सीगे श्रोमणी अकाली दल दे लीडर, पर मुलाकात नहीं हो सकी। तो उन्होंने काफ़ी निशाने साधे ने आम आदमी पार्टी दी सरकार दे उत्ते, ते भी कह दिता है कि जो भी सेहत दे हालात होणगे, भुख हड़ताल हुंदी आ तो उहदा जिम्मेवार भी जेल प्रशासन ते सरकार होवेगी। निडर हाँ, निरपक्ष रहा, आजाद हाँ, सच कहा, गल करांगे सियासी हवा दी, होणगे हुकमराना नूं सिद्धे सवाल, सब तो पहला पहुंचावांगे तुहाडे तक सिर्फ सच्ची खबर, दसांगे कौन कर रहा है थोड़े ते सबर, विदेशां च बैठे पंजाबियां दे हक दी करांगे गल, कनेडा दी हर सियासी खबर लेके आवांगे तुहाडे वल, उभरांगे पंजाब दी आवाज बन, होणगे हर पहलू ते रोज चर्चे, खोलांगे अंदरूनी राज, बणांगे बुलंद आवाज, खेड सिक्ख्या सेहत खेती दी बात पावांगे, हर पिंड हर शहर जावांगे, मनोरंजन नाल जुड़े कलाकारां नाल करवावांगे मुलाकात,
संघर्षा वाली जिंदगी ते मारांगे चाल। की ने साडे कानून फर्ज ते अधिकार, की करदी है साडी सरकार, की है तुहाडी मुश्किल दा हल। D5 चैनल पंजाबी दी कचहरी च होवेगी सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती अपने लोक। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।